ਕਨਫਿਊਜ਼ਨ ਨੂੰ ਦੂਰ ਕਰਨ ਲਈ ਇਹ ਕੁਐਸਚਨ ਹੈ ਕਿ ਸਾਇੰਸ ਪੈਡਾਗੋਜੀ ਨਾਲ ਸੰਬੰਧਿਤ ਹੈ। ਤੁਸੀਂ ਇੱਕ ਵੀਡੀਓ ਵਿੱਚ ਕਿਹਾ ਸੀ ਕਿ ਅਗਰ ਕਿਸੇ ਬੱਚੇ ਤੋਂ ਬੋਟਨੀ ਕੀਤੀ ਹੋਈ ਹੈ ਗ੍ਰੈਜੂਏਸ਼ਨ 'ਚ MSc 'ਚ ਅਤੇ ਉਹ PGT ਲਾਈਫ ਸਾਇੰਸ ਲਈ ਐਲੀਜੀਬਲ ਹੈ ਪਰ ਉਹ TGT ਸਾਇੰਸ ਲਈ ਨਹੀਂ ਐਲੀਜੀਬਲ, ਬਟ ਮੈਂ ਗ੍ਰੈਜੂਏਸ਼ਨ 'ਚ ਕੈਮਿਸਟਰੀ ਜ਼ੂਲੋਜੀ ਬੋਟਨੀ ਕੀਤੀ ਹੈ। ਦੇਖੋ ਤੁਸੀਂ ਤਿੰਨ ਸਾਇੰਸਿਸ ਪੜ੍ਹੀਆਂ ਹੋਈਆਂ ਹੈ, ਤੁਸੀਂ ਜੇ ਸਾਇੰਸ ਪੈਡਾਗੋਜੀ ਆਫ ਸਾਇੰਸ ਰੱਖਦੇ ਹੋ ਤਾਂ ਤੁਸੀਂ TGT ਲਈ ਐਲੀਜੀਬਲ ਹੋ। ਜੇਕਰ ਤੁਸੀਂ ਅੱਗੇ ਕੀ ਲਿਖਿਆ ਹੈ MSc ਬੋਟਨੀ ਕੀਤੀ ਹੋਈ ਹੈ, ਠੀਕ ਹੈ, BEd ਵਿੱਚ ਲਾਈਫ ਸਾਇੰਸ ਹੈ ਤਾਂ ਤੁਸੀਂ PGT ਲਈ ਐਲੀਜੀਬਲ ਹੋ। ਫਿਜ਼ੀਕਲ ਸਾਇੰਸ ਵੀ ਹੈ ਕੀਤੀ ਤਾਂ ਫਿਜ਼ੀਕਲ ਸਾਇੰਸ ਜੇ MSc ਕੈਮਿਸਟਰੀ ਨਾਲ ਕਰਦੇ ਹੋ ਤਾਂ ਫਿਜ਼ੀਕਲ ਸਾਇੰਸ ਲਈ PGT ਐਲੀਜੀਬਲ ਹੋ ਜਾਂਦੇ ਹੋ। ਮੈਂ ਮਾਸਟਰ ਕੈਡਰ ਸਾਇੰਸ ਲਈ ਐਲੀਜੀਬਲ ਹਾਂ, ਨਹੀਂ ਤੁਸੀਂ ਮਾਸਟਰ ਕੈਡਰ ਲਈ ਨਹੀਂ ਹੈ, ਤੁਹਾਨੂੰ ਉਹਦੀ ਐਲੀਜੀਬਿਲਟੀ ਲਈ ਪੈਡਾਗੋਜੀ ਆਫ ਸਾਇੰਸ ਭਰਨੀ ਪੈਣੀ ਹੈ, ਪੈਡਾਗੋਜੀ ਆਫ ਸਾਇੰਸ BEd ਦਾ ਐਡੀਸ਼ਨਲ ਪੇਪਰ ਦੇਣਾ ਪੈਣਾ ਹੈ, ਹੋ ਜਾਂਦਾ ਹੈ।